ਤੇਜ਼ ਰਫ਼ਤਾਰ ਕਾਰ ਨੇ ਕੰਮ ਤੋਂ ਘਰ ਵਾਪਿਸ ਜਾ ਰਹੇ ਬਾਈਕ ਤੇ ਸਿੱਖ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਕਿਹਾ ਜਾ ਰਿਹਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਨੇ। ਹਾਲਾਂਕਿ ਨੌਜਵਾਨ ਨੇ ਮੌਕੇ ਤੇ ਹੀ ਕਾਰ ਸਵਾਰਾਂ ਨੂੰ ਰੋਕ ਲਿਆ ਜੋ ਕਿ ਨਸ਼ੇ ਦੇ ਵਿੱਚ ਧੁੱਤ ਦੱਸੇ ਜਾ ਰਹੇ ਸੀ। ਹਾਲਾਂਕਿ ਉਸ ਕਾਰ ਦੇ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਸਵਾਰ ਦੱਸੀ ਜਾ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਲੜਕੀ ਦੀ ਹਾਲਤ ਇੰਨੀ ਜ਼ਿਆਦਾ ਬੁਰੀ ਸੀ ਕਿ ਨਸ਼ੇ ਦੇ ਕਾਰਨ ਉਸਨੂੰ ਉਲਟੀਆਂ ਲੱਗੀਆਂ ਹੋਈਆਂ ਸੀ ਅਤੇ ਕਿਹਾ ਜਾ ਰਿਹਾ ਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ। ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਿੱਖ ਨੌਜਵਾਨ ਆਪਣੇ ਕੰਮ ਤੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਇਲਜ਼ਾਮ ਲੱਗੇ ਨੇ ਕਾਰ ਸਵਾਰਾਂ ਦੇ ਉੱਤੇ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ। ਹਾਲਾਂਕਿ ਉਸ ਕਾਰ ਦੇ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਸੀ। ਹਾਲਾਂਕਿ ਲੜਕੀ ਦੀ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਸੀ ਕਿ ਉਹ ਵਾਰ ਵਾਰ ਉਲਟੀਆਂ ਕਰ ਰਹੀ ਸੀ। ਇਲਜ਼ਾਮ ਲੱਗੇ ਨੇ ਲੜਕੀ ਨੇ ਵੀ ਸ਼ਰਾਬ ਪੀਤੀ ਹੋਈ ਸੀ। ਤਾਂ ਦੱਸ ਦਈਏ ਕਿ ਹੁਣ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਂ ਭਾਈ ਡੋਲਫਿਨ ਕੰਮ ਕਰਦਾ ਵਾਂ। ਹਾਂਜੀ। ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ, ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਤੇ ਉਹਨਾਂ ਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ। ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ? ਅਸੀਂ ਵੀ ਰਾਜਨਗਰ ਬਾਬਾ ਗਏ ਸੀ। ਅੱਛਾ ਅੱਛਾ। ਕਿਧਰੋਂ ਘਰ ਜਾ ਰਹੇ ਸੀ? ਹਾਂਜੀ ਹਾਂਜੀ, ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੌਂਕ ਪਾਰ ਕਰਨਾ ਹੀ ਸੀਗਾ, ਲਾਈਟ ਵੀ ਕੋਈ ਸੀਗੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ ਜੀ। ਅੱਛਾ ਜੀ। ਕਿਧਰਲੀ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ? ਉਹ ਆ ਰਹੇ ਸੀ ਚਿਕਚਿਕ ਵੱਲੋਂ। ਅੱਛਾ ਜੀ। ਹਾਂਜੀ, ਤੇ ਮੈਂ ਸਾਹਮਣੇ ਜਾਣਾ ਸੀਗਾ ਐਸ ਵਾਲੇ ਰੋਡ ਤੇ ਜੀ ਸਰ। ਇਧਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵੱਜੇ ਵਿੱਚ, ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ। ਅੱਛਾ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ, ਡਰਿੰਕ ਉਹਨਾਂ ਨੇ ਇੰਨੀ ਕੀਤੀ ਅੱਗੋਂ ਸਾਨੂੰ ਪੈ ਰਹੇ ਸੀਗੇ। ਭਾਈ ਕਿੰਨੇ ਵੀ ਜਾਣੇ ਸੀ? ਤਿੰਨ ਜਾਣੇ ਸੀ ਭਾਈ, ਦੋ ਮੁੰਡੇ ਇੱਕ ਕੁੜੀ। ਸਰ ਤਿੰਨਾਂ ਨੇ ਡਰਿੰਕ ਕੀਤੀ ਹੋਈ ਸੀ? ਡਰਿੰਕ ਕੀਤੀ ਸੀ, ਉੱਤਰ ਕੇ ਸਗੋਂ ਕੁੜੀ ਸਾਨੂੰ ਬੋਲਦੀ ਸੀਗੀ। ਕੀ ਕਹਿ ਰਹੇ ਸੀ ਤੁਸੀਂ? ਡਿਊਟੀ ਵਗੈਰਾ ਕਰਕੇ ਗਏ ਤੁਸੀਂ? ਗਲਤੀਆਂ ਕੀਤੀਆਂ ਜਿਹੜੀ ਬਾਉਂਟਿੰਗ ਵਗੈਰਾ ਕੀਤੀ, ਬਾਉਂਟਿੰਗ ਕਿਹਨਾਂ ਨੇ ਕੀਤੀ? ਭਾਈ ਆ ਬਾਉਂਟਿੰਗ ਦੇਖ ਲਓ ਤੁਸੀਂ। ਗੱਡੀ ਨੰਬਰ ਵਗੈਰਾ ਦੇਖਿਆ ਤੁਸੀਂ? ਗੱਡੀ ਨੰਬਰ ਕੀ ਸੀਗਾ? PV08 ਭਾਈ 001 ਨਹੀਂ, ਪੂਰਾ ਨੰਬਰ AM0011 ਭਾਜੀ ਕੀ ਆ ਗੱਡੀ? ਪੂਰਾ ਨੰਬਰ ਦੁਬਾਰਾ ਬੋਲੂਗੀ PV08 AM0011। ਅੱਛਾ ਜੀ, ਜੀ ਹੋ ਗਿਆ। ਹਾਂਜੀ। ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਇਲਾਜ ਵੱਲ ਪੁੱਛਣ ਦੀ ਬਜਾਏ ਤੁਹਾਡੇ ਨਾਲ ਗੱਡੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ? ਉੱਪਰ ਚੜ੍ਹਦੇ ਸੀ। ਭਾਜੀ ਮੌਕੇ ਤੇ ਤੁਸੀਂ ਇਕੱਲੇ ਸੀਗੇ? ਮੌਕੇ ਤੇ ਭਾਜੀ ਨਾਲ ਮੇਰੇ ਦੋ ਫਰੈਂਡ ਸੀਗੇ, ਨਾਲ ਉਹ ਛੁੱਟੀ ਗਏ ਸੀ, ਇਕੱਠੀ ਛੁੱਟੀ ਕਰੀ ਦੀ ਹੈ। ਅੱਛਾ ਜੀ। ਹਾਂਜੀ, ਮੌਕੇ ਦੇ ਨਾਲ ਸੀ ਆਪਣੇ? ਹਾਂਜੀ ਹਾਂਜੀ, ਮੌਕੇ ਦੇ ਨਾਲ ਸੀਗੇ। ਅੱਛਾ ਜੀ, ਬਿਲਕੁਲ ਭਾਜੀ। ਸਰ ਕੋਈ ਸੱਟ ਵਗੈਰਾ ਤਾਂ ਲੱਗੀ ਤੁਹਾਡੇ? ਸੱਟ ਭਾਜੀ ਲੱਤ ਤੇ ਥੋੜੀ ਬਹੁਤ ਲੱਗੀ ਹੈ ਬਸ। ਫੋਨ ਕਰਕੇ ਬੁਲਾਇਆ ਇਹਨੇ। ਅੱਛਾ ਜੀ। ਮੈਂ ਘਰ ਹੀ ਸੀਗਾ। ਅੱਛਾ ਜੀ। ਤੇ ਦੱਸਿਆ ਮੈਨੂੰ ਕਹਿੰਦਾ ਪਾਪਾ ਕਪੂਰਥਲਾ ਚੌਂਕ ਆ ਜਾਓ ਮੈਨੂੰ, ਪਰ ਦੱਸਿਆ ਨੀ ਗੱਲ ਕੀ, ਮੈਂ ਉਸੇ ਵੇਲੇ ਆ ਗਿਆ ਉੱਠ ਕੇ। ਅੱਛਾ ਜੀ। ਸ਼ਰਾਬ ਵਗੈਰਾ ਦੱਸਿਆ, ਓਵਰ ਪੀਤੀ ਹੋਈ ਸੀ? ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਾ ਵੀ ਉਲਟੀਆਂ ਮਾਰ ਕੇ ਗਏ। ਫਾਦਰ ਸਾਹਿਬ ਹਾਂਜੀ, ਅੰਕਲ ਜੀ ਕੀ ਨਾਮ ਤੁਹਾਡਾ? ਵੇਖ ਰਹੇ ਮੇਰਾ ਭੁਪਿੰਦਰ ਸਿੰਘ ਨਾਲ ਜੀ। ਅੰਕਲ ਤੁਹਾਡਾ ਜਿਹੜਾ ਕੀ ਕੋਲ ਆਈ ਤੁਹਾਨੂੰ ਬੇਟੇ ਦੀ? ਤੁਹਾਡੇ ਬੇਟੇ ਦੀ ਕੋਲ ਆਈ ਜੀ, ਕਹਿੰਦਾ ਪਾਪਾ ਮੈਨੂੰ ਨਾ ਕਪੂਰਥਲਾ ਚੌਂਕ ਆ ਜਾਓ ਜਲਦੀ। ਅੱਛਾ ਜੀ। ਮੈਂ ਕੁਛ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ, ਮੈਂ ਗੱਡੀ ਚੱਕ ਕੇ ਇੱਥੇ ਆ ਗਿਆ, ਇੱਥੇ ਆ ਗਿਆ, ਪਤਾ ਲੱਗਾ ਵੀ ਆਹ ਗੱਲ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ।